ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਿਆਸੀ ਸਮੀਕਰਨ ਬੜੇ ਤੇਜ਼ੀ ਦੇ ਨਾਲ ਬਦਲ ਰਹੇ ਆ। ਅੱਜ ਬਹੁਤ ਅਹਿਮ ਖਬਰਾਂ 'ਤੇ ਗੱਲਬਾਤ ਕਰਨੀ ਹੈ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਵਿੱਚ ਚੋਣ ਮੁਹਿੰਮ ਦਾ ਆਗਾਜ਼ ਜਿਹੜਾ ਗੁਰਦਾਸਪੁਰ ਤੋਂ ਕੀਤਾ ਗਿਆ, ਉੱਥੇ ਰੈਲੀ ਕਰਕੇ ਅੰਮ੍ਰਿਤਸਰ ਦੇ ਵਿੱਚ ਗਏ, ਅੰਮ੍ਰਿਤਸਰ ਦੇ ਵਿੱਚ ਰੋਡ ਸ਼ੋਅ ਕਰਨਾ ਸੀ, ਉੱਥੇ ਮੁੱਖ ਮੰਤਰੀ ਦੇ ਉਸ ਰੋਡ ਸ਼ੋਅ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਆ ਉਹ ਸ਼ਾਮਲ ਨਹੀਂ ਹੋਏ। ਬਾਕੀ ਵਿਧਾਇਕ ਅਤੇ ਮੰਤਰੀ ਉੱਥੇ ਮੌਜੂਦ ਸੀ, ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਉਸ ਰੋਡ ਸ਼ੋਅ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋਏ? ਕੀ ਮਸਲਾ? ਅੰਦਰ ਖਾਤੇ ਚੱਲ ਕੀ ਰਿਹਾ? ਇਸੇ ਬਹੁਤ ਅਹਿਮ, ਬਹੁਤ ਐਕਸਕਲੂਸਿਵ ਜਾਣਕਾਰੀ, ਸਹੀ ਸਟੀਕ ਜਾਣਕਾਰੀ ਜਿਹੜੀ ਆ ਤੁਹਾਡੇ ਤੱਕ ਪਹੁੰਚਾਵਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਕਾਂਗਰਸ ਜਿਹੜੀ ਹੈ ਜਿਹਨੇ ਆਪਣੀਆਂ 8 ਟਿਕਟਾਂ ਅਨਾਊਂਸ ਕਰ ਦਿੱਤੀਆਂ ਨੇ, 8 ਟਿਕਟਾਂ ਅਨਾਊਂਸ ਤੋਂ ਬਾਅਦ ਕਾਂਗਰਸ ਦੀ ਜਿਹੜੀ ਸਥਿਤੀ ਹੈ ਉਹ ਪੰਜਾਬ ਦੇ ਵਿੱਚ ਕਿੱਥੇ ਖੜੀ ਹੈ ਅਤੇ ਆਉਣ ਵਾਲੀਆਂ ਟਿਕਟਾਂ ਤੋਂ ਬਾਅਦ ਕਿੱਥੇ ਕਿੱਥੇ ਖੜੇਗੀ? ਇਸ 'ਤੇ ਬਹੁਤ ਅਹਿਮ ਜਿਹੜੀ ਹੈ ਚਰਚਾ ਕਰਾਂਗੇ। ਮੇਰੇ ਨਾਲ ਡਾਕਟਰ ਜਗਰੂਪ ਸਿੰਘ ਸੇਖੂ ਸਾਹਿਬ ਜੁੜਿਆ। ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰੂੰ, ਫਿਰ ਪ੍ਰੋਗਰਾਮ ਦੀ ਸ਼ੁਰੂਆਤ। ਸਰ, ਸਵਾਗਤ ਹੈ ਜੀ ਤੁਹਾਡਾ ਅਰਜਨਾ ਲੋਕਨਾਟੀ 'ਤੇ। ਥੈਂਕ ਯੂ ਜੀ। ਸਰ, ਸਭ ਤੋਂ ਪਹਿਲਾਂ ਆਪਾਂ ਚਰਚਾ ਇਸੇ 'ਤੇ ਕਰਦੇ ਹਾਂ ਕਿ ਅੱਜ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਇੱਕ ਰੈਲੀ, ਇੱਕ ਚੋਣ ਜਲਸਾ ਜਿਹੜਾ ਉਹ ਕੀਤਾ ਗੁਰਦਾਸਪੁਰ ਦੇ ਵਿੱਚ। ਹਾਲਾਂਕਿ ਉੱਥੇ ਮੁੱਖ ਮੰਤਰੀ ਨੇ ਜਾਣਾ ਸੀ, ਰੈਲੀ ਜਿਹੜੀ ਉਹ ਵੱਡੀ ਉਮੀਦ ਕੀਤੀ ਜਾ ਰਹੀ ਸੀ, ਪਰ ਇੱਕ ਭੀੜੀ ਜਿਹੀ ਗਲੀ ਦੇ ਵਿੱਚ ਟੈਂਟ ਲਾ ਕੇ ਦਿਖਾਇਆ ਗਿਆ ਕਿ ਕੱਠਵੜਾ, ਉੱਥੇ ਉਹ ਪ੍ਰੋਗਰਾਮ ਕਰਾਤਾ। ਚਲੋ ਖੈਰ, ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਚਲੇ ਜਾਂਦੇ ਆ ਅੰਮ੍ਰਿਤਸਰ ਦੇ ਵਿੱਚ। ਅੰਮ੍ਰਿਤਸਰ ਦੇ ਵਿੱਚ ਹੁਣੇ ਹੁਣੇ ਵੀ ਰੋਡ ਸ਼ੋਅ ਜਿਹੜਾ ਉਹ ਚੱਲ ਹੀ ਰਿਹਾ ਹੈਗਾ, ਔਰ ਉਸ ਰੋਡ ਸ਼ੋਅ ਦੇ ਵਿੱਚ ਜਿਹੜੇ ਉਹਨਾਂ ਦੇ ਅੰਮ੍ਰਿਤਸਰ ਦੇ ਬਾਕੀ MLA ਮੰਤਰੀ ਜਿਹੜੇ ਹੈਗੇ ਆ ਸਣੇ ਕੈਂਡੀਡੇਟ ਕੁਲਦੀਪ ਧਾਲੀਵਾਲ ਦੇ, ਉਹ ਸਾਰੇ ਪਹੁੰਚੇ ਹੋਏ ਆ, ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਉੱਥੇ ਨਹੀਂ ਪਹੁੰਚੇ, ਉਸ ਰੋਡ ਸ਼ੋਅ ਦੇ ਵਿੱਚ ਸ਼ਾਮਲ ਨਹੀਂ ਹੋਏ। ਸਾਡੇ ਕੋਲੇ ਜਿਹੜੀ ਜਾਣਕਾਰੀ ਇਹ ਹੈ, ਜਿਹੜੀ ਅਤਿ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣੇ ਅਸੂਲ ਛੱਡ ਕੇ ਭਗਵੰਤ ਮਾਨ ਦੇ ਨਾਲ ਖੜਨਾ ਉਹਨਾਂ ਨੇ ਬਿਹਤਰ ਨਹੀਂ ਸਮਝਿਆ, ਇਸ ਕਰਕੇ ਉੱਥੇ ਨਹੀਂ ਗਏ। ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਬਾਰੇ ਪਰਸੋਂ ਮੁੱਖ ਮੰਤਰੀ ਨੇ ਇਹ ਬਿਆਨ ਦਿੱਤਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਬੇਅਦਬੀ ਦੇ ਮੁੱਦੇ 'ਤੇ ਜਿਹੜੇ ਆਪਦੇ ਬਿਆਨ ਰੱਖ ਰਹੇ ਆ ਜਾਂ ਗੱਲਾਂ ਬਾਤਾਂ ਕਰ ਰਹੇ ਆ, ਉਹ ਉਹਨਾਂ ਦੀਆਂ ਆਪਣੀਆਂ ਨਿੱਜੀ ਨੇ, ਨਿੱਜੀ ਰਾਏ ਜਿਹੜੀ ਉਹਨਾਂ ਦੀ ਹੈਗੀ ਆ, ਉਹ ਇਹ ਗੱਲ ਕਹਿ ਰਹੇ ਆ। ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਇੱਕ ਪੋਸਟ ਪਾ ਕੇ ਸਾਰਾ ਕੁਝ ਸਥਿਤੀ ਸਾਫ ਕਰ ਦਿੱਤੀ ਸੀ, ਉਹ ਆਪਾਂ ਦੱਸੀ, ਤੁਸੀਂ ਵੀ ਪੜ੍ਹੀ, ਆਪਾਂ ਸਾਰਿਆਂ ਨੇ ਉਹ ਪੜ੍ਹੀ ਹੈਗੀ ਆ। ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਅੱਜ ਸੱਦਿਆ ਵੀ ਗਿਆ ਕਿ ਭਾਈ ਤੁਸੀਂ ਆਓ ਉੱਥੇ, ਕੈਂਡੀਡੇਟ ਦੇ ਵੱਲੋਂ, ਔਰਗਨਾਈਜ਼ਰ ਦੇ ਵੱਲੋਂ ਸਾਰਿਆਂ ਨੂੰ, ਜਿਹੜਾ ਸਾਰਿਆਂ ਨੂੰ ਹੀ ਸੱਦਾ ਸੀਗਾ MLA ਨੂੰ, ਔਰ ਮੌਕੇ 'ਤੇ ਤੱਕ ਵੀ ਜਿਹੜਾ ਰੋਡ ਸ਼ੋਅ ਸ਼ੁਰੂ ਹੋਣ ਤੱਕ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਬੁਲਾਇਆ ਗਿਆ। ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਆਪਣੀ ਸੱਚਾਈ ਨੂੰ, ਆਪਣੇ ਅਸੂਲਾਂ ਨੂੰ ਤਰਜੀਹ ਦਿੱਤੀ ਆ। ਪਰ ਹਾਂ, ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਇਹ ਵੀ ਪਤਾ ਲੱਗਿਆ ਕਿ ਇਹ ਜਿਹੜਾ ਰੋਡ ਸ਼ੋਅ ਚੱਲ ਰਿਹਾ ਹੈਗਾ, ਇਸ ਰੋਡ ਸ਼ੋਅ ਦੇ ਦੌਰਾਨ ਮੁੱਖ ਮੰਤਰੀ ਦੇ ਨਾਲ ਆਪਣੇ ਸਿਧਾਂਤਾਂ ਨੂੰ ਛੱਡ ਕੇ, ਆਪਣੇ ਅਸੂਲਾਂ ਨੂੰ ਛੱਡ ਕੇ ਉਹਨਾਂ ਨੇ ਖੜਨਾ ਸਹੀ ਨਹੀਂ ਸਮਝਿਆ। ਪਰ ਹਾਂ, ਦੂਜੇ ਪਾਸੇ ਇਸੇ ਰੋਡ ਸ਼ੋਅ ਦੇ ਦੌਰਾਨ ਹੀ ਬਰਾਬਰ ਜਿਹੜਾ ਇੱਕ ਪ੍ਰੋਗਰਾਮ ਉਹਨਾਂ ਦਾ ਚੱਲ ਰਿਹਾ ਹੈਗਾ ਆਮ ਆਦਮੀ ਪਾਰਟੀ ਦੇ ਹੱਕ 'ਚ, ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇ ਹੱਕ 'ਚ। ਯਾਨੀ ਉਹ ਕਹਿੰਦੇ ਆ ਕਿ ਕਹਿੰਦੇ ਕਿ ਇਹ ਦੱਸ ਰਿਹਾ ਲੋਕ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਪਾਰਟੀ ਦੇ ਨਾਲ ਤਾਂ ਖੜੇ ਆ, ਕੈਂਡੀਡੇਟ ਨਾਲ ਵੀ ਖੜੇ ਆ, ਪਰ ਸਿਧਾਂਤਾਂ ਨੂੰ, ਅਸੂਲਾਂ ਨੂੰ ਛੱਡ ਕੇ ਮੁੱਖ ਮੰਤਰੀ ਨਾਲ ਖੜਨਾ ਬਿਹਤਰ ਨਹੀਂ ਸਮਝਿਆ। ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ? ਵਿਚਾਰ ਤਾਂ ਬਹੁਤ ਕਲੀਅਰ ਆ, ਸਭ ਨੂੰ ਪਤਾ ਹੈ ਕਿ ਬਰਗਾੜੀ ਕੇਸ ਦੇ ਵਿੱਚ ਜੋ ਉਸ ਸਮੇਂ ਹੋਇਆ ਸੀਗਾ ਤੇ ਉਹੀ ਕਾਰਨ ਬਣਿਆ ਸੀ ਕਿ ਉਹਨਾਂ ਨੇ ਉੱਥੋਂ ਰਿਜ਼ਾਈਨ ਕਰਤਾ ਸੀਗਾ। ਇੰਸਪੈਕਟਰ ਜਨਰਲ ਆਫ ਪੰਜਾਬ ਦੀ ਜਿਹੜੀ ਹੈਗੀ ਸੀ ਉਹਦੇ ਉੱਤੋਂ, ਉਸ ਸਮੇਂ ਕਾਂਗਰਸ ਦੀ ਸਰਕਾਰ ਸੀਗੀ, ਔਰ ਬਾਅਦ ਦੇ ਵਿੱਚ ਕੇਜਰੀਵਾਲ ਸਾਹਿਬ ਆਏ ਸੀਗੇ ਔਰ ਜਿੱਦਾਂ ਇਹਨਾਂ ਨੂੰ ਉਹਦੇ ਵਿੱਚ ਪਾਰਟੀ ਦੇ ਵਿੱਚ ਜੁਆਇਨ ਕਰਾਇਆ ਸੀਗਾ। ਉਦੋਂ ਤਾਂ ਲੱਗਦਾ ਇਹ ਸੀਗਾ, ਉਹਨਾਂ ਦੇ ਮੁਤਾਬਕ ਵੀ ਲੱਗਦਾ ਇਹ ਸੀਗਾ ਵੀ ਸ਼ਾਇਦ ਇਹ ਪਾਰਟੀ ਦੇ ਵਿੱਚ ਕਾਫੀ ਅਸੂਲ ਹੋਣਗੇ, ਔਰ ਜਿਸ ਤਰੀਕੇ ਦਾ ਭਰੋਸਾ ਦਿੱਤਾ ਗਿਆ ਸੀਗਾ ਕਿ ਜਿਸ ਬਣਾ ਦੇ ਉੱਤੇ ਜਿਸ ਵਜ੍ਹਾ ਕਰਕੇ ਇਹਨਾਂ ਨੇ ਉੱਥੋਂ ਰਿਜ਼ਾਈਨ ਕੀਤਾ ਹੈਗਾ, ਖਾਸ ਕਰਕੇ ਕਿ ਜਿਹੜੇ ਉੱਥੋਂ ਬਰਗਾੜੀ ਦੇ ਕੇਸ ਦੇ ਵਿੱਚ
ਜਿਹੜੇ ਜਿਹੜੇ ਲੋਕ ਜਿਹੜੀ ਖਾਰਜ ਹੋਣ ਤੋਂ ਬਾਅਦ ਤੇ ਹਾਂ ਜਿਹੜਾ ਸੀਗਾ ਕਿ ਉਹਨਾਂ ਨੂੰ ਇਨਸਾਫ਼ ਦਿੱਤਾ ਜਾਊਗਾ। ਪਰ ਸਭ ਨੂੰ ਪਤਾ ਕਿ ਮੇਰੇ ਲੰਮੇ ਸਮੇਂ ਤੋਂ ਉੱਤੋਂ ਇਹ ਉਹ ਇਨਸਾਫ਼ ਦੀ ਗੁਹਾਰ ਲਾ ਰਹੇ ਆ ਔਰ ਉਹ ਖੁਦ ਜਾ ਕੇ ਉੱਥੇ ਜਿਹੜਾ ਹੈਗਾ ਕੇਸ ਲਾਡੇ, ਖੁਦ ਵਕੀਲ ਵੀ ਹੈਗੇ ਆ ਔਰ ਇਹਦੇ ਨਾਲ ਨਾਲ ਸਰਕਾਰ ਦੇ ਉੱਤੇ ਲਗਾਤਾਰ ਆਪਣੇ ਜਿਹੜੇ ਹੈਗੇ ਆ ਉਹ ਸਰਕਾਰ ਨੂੰ ਕੋਸ ਵੀ ਰਹੇ ਆ, ਆਪਣੀ ਸਰਕਾਰ ਨੂੰ ਜਿਹੜੇ ਹੈਗੇ ਆ ਉਹ ਗਾਹੇ ਵਗਾਹੇ ਜਾ ਕੇ ਉਹਦੇ ਉੱਤੇ ਸਵਾਲ ਵੀ ਉਠਾਉਂਦੇ ਆ। ਥੋੜੇ ਦਿਨ ਪਹਿਲਾਂ ਪਿੱਛੇ ਜਿਵੇਂ ਇੱਕ ਮੀਟਿੰਗ ਹੋਈ ਸੀਗੀ ਜਿਹਦੇ ਕੁੰਵਰ ਜੇ ਪ੍ਰਤਾਪ ਹੋਣਾ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਦੀ ਇਸੇ ਆਪਣੇ ਧਾਰੀਵਾਲ ਸਾਹਿਬ ਦੀ ਪਾਰਲੀਮੈਂਟ ਦੀ ਚੋਣ ਦੇ ਸੰਬੰਧ 'ਚ ਮੀਟਿੰਗ ਹੋਈ ਸੀ, ਉਹਦੇ ਵਿੱਚ ਉਹਨਾਂ ਨੇ ਬਹੁਤ ਸੀਰੀਅਸ ਕੁਐਸਚਨ ਉਠਾਏ ਸੀਗੇ। ਉਹਨਾਂ ਦੇ ਵਿੱਚ ਨਸ਼ਿਆਂ ਦੀ ਗੱਲ ਕਹੀ ਸੀ ਔਰ ਨਸ਼ਿਆਂ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਇੱਕ ਪੰਜਾਬ ਤੋਂ ਰਾਜ ਸਭਾ ਦਾ ਮੈਂਬਰ ਹੈਗਾ ਜਿਹੜਾ ਅੱਜ ਕੱਲ੍ਹ ਬਹੁਤਾ ਦਿਖਾਈ ਨਹੀਂ ਦਿੰਦਾ, ਉਹਦੇ ਉੱਤੇ ਬਹੁਤ ਸੀਰੀਅਸ ਸਵਾਲ ਉਠਾਏ ਸੀਗੇ ਔਰ ਉਹਨਾਂ ਨੇ ਕਿਹਾ ਸੀਗਾ ਵੀ ਇਹ ਸਾਰਾ ਕੁਝ ਜਿਹੜਾ ਹੈਗਾ ਪੁਲਿਸ ਦੀ ਦੇਖ ਰੇਖ ਥੱਲੇ ਹੁੰਦਾ। ਮੇਰੇ ਖਿਆਲ ਉਹ ਆਪਣੀ ਪਾਰਟੀ ਦਾ ਚੁਣਿਆ ਹੋਇਆ ਨੁਮਾਇੰਦਾ ਜਦੋਂ ਆਪਣੀ ਸਰਕਾਰ ਦੇ ਉੱਤੇ ਇਸ ਕਿਸਮ ਦੇ ਦੋਸ਼ ਲਾਉਂਦਾ ਤੇ ਮੇਰੇ ਖਿਆਲ ਚਾਹੇ ਉਹ ਮੁੱਖ ਮੰਤਰੀ ਹੋਵੇ ਚਾਹੇ ਕੋਈ ਹੋਰ ਮੰਤਰੀ ਹੋਵੇ ਇਹ ਉਹਦੇ ਲਈ ਜਿਹੜਾ ਉਹਨੂੰ ਡਿਫੈਂਡ ਕਰਨਾ ਬਹੁਤ ਔਖਾ ਹੋ ਜਾਂਦਾ। ਇਹ ਠੀਕ ਆ ਕਿ ਅੱਜ ਕੱਲ੍ਹ ਦੀ ਰਾਜਨੀਤੀ ਦੇ ਵਿੱਚ ਕੋਈ ਜਿਹੜਾ ਜੇ ਕਹਿ ਦਈਏ ਕਿ ਉਸ ਕਿਸਮ ਦੀ ਹਿਆ ਨਹੀਂ ਹੈਗੀ ਜਾਂ ਉਸ ਕਿਸਮ ਦੀ ਸੈਂਸਿਟੀਵਿਟੀ ਨਹੀਂ ਹੈਗੀ, ਚੱਲਦਾ ਕੰਮ ਚਲਾਈਦਾ ਰੌਲੇ ਰੱਪੇ ਦੇ ਵਿੱਚ, ਤੇ ਇਹ ਸਵਾਲ ਜਦੋਂ ਉਹਨਾਂ ਨੇ ਉਠਾਏ ਸੀ ਉਹ ਤੋਂ ਬਹੁਤ ਕਲੀਅਰ ਸੀ ਔਰ ਵਾਰ ਵਾਰ ਉਹ ਸਵਾਲ ਉਠਾ ਰਹੇ ਆ ਔਰ ਆਪਣੀ ਪਾਰਟੀ ਦੇ ਸਵਾਲ ਉਠਾ ਰਹੇ ਔਰ ਵਾਰ ਵਾਰ ਕਹਿ ਰਹੇ ਆ ਕਿ ਜੋ ਕੁਝ ਥੱਲੇ ਹੋ ਰਿਹਾ ਉਹ ਠੀਕ ਨਹੀਂ ਹੋ ਰਿਹਾ। ਅੰਮ੍ਰਿਤਸਰ ਦੇ ਵਿੱਚ ਇਸ ਪਾਰਟੀ ਦੇ ਜਿਹੜੇ 7 ਚੁਣੇ ਹੋਏ ਦੂਸਰੇ ਨੁਮਾਇੰਦੇ ਹੈਗੇ ਆ, ਇੱਕ ਅਕਾਲੀ ਦਲ ਕੋਲ ਸੀਟ ਹੈਗੀ ਆ ਮਜੀਠੇ ਵਾਲੀ, ਇੱਕ ਜਿਹੜੀ ਰਾਜਾ ਸਾਂਸੀ ਵਾਲੀ ਉਹਦੇ ਕੋਲ ਹੈਗੀ ਆ। ਪਰ ਜਿਸ ਤਰੀਕੇ ਦਾ ਇਸ ਵੇਲੇ ਇੱਥੇ ਥੱਲੜੇ ਪਾਸੇ ਜੋ ਬਿਰਤਾਂਤ ਵਰਤਿਆ ਜਾ ਰਿਹਾ, ਖਾਸ ਕਰਕੇ ਜਿਹੜੀ ਨਿਰਾਸ਼ਾ ਥੱਲੜੇ ਲੈਵਲ ਦੇ ਲੋਕਾਂ ਦੇ ਵਿੱਚ ਹੈ, ਉਸ ਕਿਸਮ ਦਾ ਜੋਸ਼ ਨਹੀਂ ਹੈਗਾ ਜਾਂ ਜੋ ਚੱਲਦਾ ਸੀ ਜਿਹੜੇ ਮੁੱਦੇ ਸੀ ਨਸ਼ਿਆਂ ਦੀ ਗੱਲ ਸੀਗੀ, ਉਹਨਾਂ ਦੇ ਆਪਣੇ ਕਾਰਕੁਨ ਕਹਿੰਦੇ ਆ ਵੀ ਨਸ਼ਾ ਪਹਿਲਾਂ ਨਾਲੋਂ ਜ਼ਿਆਦਾ ਵੱਧ ਗਿਆ, ਰਿਸ਼ਵਤਖੋਰੀ ਵੀ ਉਸੇ ਤਰੀਕੇ ਨਾਲ ਵੱਧ ਗਈ ਆ ਉੱਤੇ ਭਾਵੇਂ ਜੋ ਮਰਜ਼ੀ ਕਹੀ ਜਾਣ। MLA ਦਾ ਜਿਹੜਾ ਵਰਤਾਓ ਉਹ ਕਹਿ ਰਹੇ ਆ ਵੀ ਬਹੁਤ ਲੋਕਾਂ ਪੱਖੀ ਨਹੀਂ ਹੈ, ਲੋਕਾਂ ਨਾਲੋਂ ਡਿਸਕਨੈਕਟ ਹੋ ਚੁੱਕੇ ਆ ਔਰ ਜਿਹੜੇ ਖਾਸ ਕਰਕੇ ਮੁੱਦਿਆਂ ਦੇ ਤੌਰ ਦੇ ਉੱਤੇ ਇਹ ਸਰਕਾਰ ਜਿਹੜੀ ਸੀ ਲੋਕਾਂ ਨੇ ਬਣਾਈ ਸੀਗੀ ਉਹਦੇ ਉੱਤੇ ਇਹ ਨਹੀਂ ਆ ਰਿਹਾ ਔਰ ਸਾਨੂੰ ਸਭ ਨੂੰ ਪਤਾ ਕਿ ਕੁੰਵਰ ਵਿਜੇ ਪ੍ਰਤਾਪ ਹੋਣੀ ਜਿਹੜੇ ਹੈਗੇ ਆ ਉਹ ਇਹ ਨਹੀਂ ਹੈਗਾ, ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਆਪਣੀ ਗੱਲ ਬਾਰ ਬਾਰ ਕਹਿ ਰਹੇ ਆ। ਜਦੋਂ ਉਹ ਗੱਲ ਕਹਿ ਰਿਹਾ ਤੇ ਮੈਨੂੰ ਲੱਗਦਾ ਵੀ ਇਹ ਸਰਕਾਰ ਲਈ ਬਹੁਤ ਵੱਡੀ ਨਮੋਸ਼ੀ ਦੀ ਜਿਹੜੀ ਗੱਲ ਹੈਗੀ ਆ ਔਰ ਸਰਕਾਰ। ਮੈਂ ਇਹੀ ਗੱਲ ਕਰਨਾ ਚਾਹੂੰਗਾ ਕਿ ਮੈਂ ਨਾ ਹੁਣ ਬਠਿੰਡੇ ਵਾਲੇ ਪਾਸੇ ਗਿਆ ਸੀ, ਮੈਂ ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਹੈ, ਮੈਂ ਬਠਿੰਡੇ ਵਾਲੇ ਪਾਸੇ ਗਿਆ ਸੀ ਜਦੋਂ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਵੋਟਾਂ ਤੋਂ ਪਹਿਲਾਂ ਲੈ ਕੇ ਆਉਂਦਾ ਨਾ ਜੀ ਪਾਰਟੀ ਦੇ ਵਿੱਚ, ਤਾਂ ਪਿੰਡ ਪਿੰਡ ਵੋਟ ਲਾਏ ਗਏ, ਕਹਿੰਦੇ ਜੀ ਗੁਰੂ ਸਾਹਿਬ ਦੀ ਬੇਅਦਬੀ ਕਰਵਾਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਸਜ਼ਾ ਦਿਵਾਉਣ ਵਾਲਾ, ਗੋਲੀ ਕਾਂਡ ਕਰਵਾਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਸਜ਼ਾ ਦਿਵਾਉਣ ਵਾਲਾ ਕੁੰਵਰ ਵਿਜੇ ਪ੍ਰਤਾਪ, ਇੱਕ ਇਮਾਨਦਾਰ ਅਫਸਰ ਸਾਡੇ ਕੋਲ ਆ ਗਿਆ, ਪਿੰਡ ਪਿੰਡ ਵੋਟ ਲਾਏ ਗਏ। ਹੁਣ ਮੈਂ ਬਠਿੰਡੇ ਵਾਲੇ ਪਾਸੇ ਗਿਆ ਸੀ, ਉਹ ਵੋਟ ਹਾਲੇ ਵੀ ਲੱਗੇ ਹੋਏ ਆ, ਕੁੰਵਰ ਵਿਜੇ ਪ੍ਰਤਾਪ ਸਿੰਘ ਪਾਰਟੀ ਦੇ ਵਿੱਚ ਆਉਂਦੇ ਆ, ਕਾਫੀ ਜ਼ਿਆਦਾ ਫਾਇਦਾ ਜਿਹੜਾ ਹੋਇਆ। ਪਰ ਹੁਣ ਜਿਸ ਤਰੀਕੇ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਲਗਾਤਾਰ ਜਿਹੜਾ ਇਹ ਗੱਲਾਂ ਕਰ ਰਹੇ ਆ, ਜਿਵੇਂ ਤੁਸੀਂ ਦੱਸ ਰਹੇ ਹੋ, ਲਗਾਤਾਰ ਕੁੰਵਰ ਵਿਜੇ ਪ੍ਰਤਾਪ ਆਪਣੇ ਅਸੂਲਾਂ ਦੀ, ਸਿਧਾਂਤਾਂ ਦੀ, ਬੇਅਦਬੀ ਦੀ, ਬਾਕੀ ਪੰਜਾਬ ਦੇ ਅਹਿਮ ਮੁੱਦਿਆਂ 'ਤੇ ਗੱਲਬਾਤ ਕਰ ਰਹੇ ਆ ਔਰ ਖਾਸ ਤੌਰ 'ਤੇ ਜਿਸ ਤਰੀਕੇ ਦੇ ਨਾਲ ਅੱਜ ਕੁੰਵਰ ਨੇ ਆਪਣੇ ਸਿਧਾਂਤਾਂ ਨੂੰ ਛੱਡ ਕੇ ਮੁੱਖ ਮੰਤਰੀ ਦੇ ਨਾਲ ਖੜਨਾ ਬਿਹਤਰ ਨਹੀਂ ਸਮਝਿਆ, ਉਹ ਬਿਆਨ ਤੋਂ ਜਿਹੜਾ ਇਹ ਗੱਲਬਾਤ ਹੋ ਗਈ ਹੈ ਜਿਹਦੇ ਵਿੱਚ ਕਹਿੰਦੇ ਕਿ ਬੇਅਦਬੀ ਦੇ ਮੁੱਦੇ 'ਤੇ ਕੁੰਵਰ ਜਿਹੜੀਆਂ ਗੱਲਾਂ ਕਰ ਰਹੇ ਉਹਨਾਂ ਦੀ ਨਿੱਜੀ ਰਾਏ ਆ, ਹਾਲਾਂਕਿ ਇਹ ਰਾਏ ਜਿਹੜੀ ਕੁੰਵਰ ਦੀ ਪਹਿਲਾਂ ਸੀ ਇਹੀ ਰਾਏ ਮੁੱਖ ਮੰਤਰੀ ਦੀ ਹੁੰਦੀ ਸੀ, ਮੁੱਖ ਮੰਤਰੀ ਦੀ ਰਾਏ ਸਰਕਾਰ ਦੇ ਵਿੱਚ ਆਉਣ ਤੋਂ ਬਾਅਦ ਬਦਲ ਗਈ ਹੈ, ਕੁੰਵਰ ਦੀ ਤਾਂ ਉਹੀ ਹੈ। ਪਰ ਮੈਂ ਉਹੀ ਗੱਲ ਕਹਿਣਾ ਚਾਹੂੰਗਾ ਡਾਕਟਰ ਸਾਹਿਬ, ਜਿਸ ਤਰੀਕੇ ਨਾਲ ਕੁੰਵਰ ਨੂੰ ਲਿਆਂਦਾ ਗਿਆ, ਕੁੰਵਰ ਦੇ ਸਿਰ ਤੇ ਲਿਆ ਕੇ ਸਰਕਾਰ ਬਣਾਈ ਗਈ, ਕਿਤੇ ਜਿੱਥੇ ਬਹੁਤ ਵੱਡਾ ਫਾਇਦਾ ਕੁੰਵਰ ਦਾ 22 ਦੀਆਂ ਵੋਟਾਂ ਤੋਂ ਪਹਿਲਾਂ ਹੋਇਆ, ਤੇ ਅੱਜ ਇਹ ਵੱਡਾ ਸੁਨੇਹਾ ਜਿਹੜਾ ਜਾਣਾ ਪੂਰੇ ਪੰਜਾਬ ਦੇ ਅੰਦਰ ਕਿ ਕੁੰਵਰ ਮੁੱਖ ਮੰਤਰੀ ਦੇ ਇਸ ਰੋਡ ਸ਼ੋਅ ਦੇ ਵਿੱਚ ਸ਼ਾਮਲ ਨਹੀਂ ਹੋਏ, ਇਹ ਪੂਰੇ ਪੰਜਾਬ ਦੇ ਵਿੱਚ ਸੁਨੇਹਾ ਜਾਊਗਾ, ਕਿਤੇ ਨਾ ਕਿਤੇ ਨੁਕਸਾਨ ਆਮ ਆਦਮੀ ਪਾਰਟੀ ਨੂੰ।
ਖਾਸ ਕਰਕੇ ਭਗਵੰਤ ਮਾਨ ਨੂੰ? ਨਹੀਂ ਦੇਖੋ, ਸੁਨੇਹਾ ਤੇ ਜਾ ਹੀ ਚੁੱਕਾ, ਇਹ ਸੁਨੇਹਾ ਤਾਂ ਉਸ ਦਿਨ ਹੀ ਚਲੇ ਗਿਆ ਸੀ ਜਿਸ ਦਿਨ ਸੰਗਰੂਰ ਦੀ ਚੋਣ ਜਿਹੜੀ ਉਹ ਹਾਰ ਗਏ ਸੀਗੇ। ਇਹ ਠੀਕ ਹੈ, ਇਹਨਾਂ ਕੋਲ 92 ਲੋਕ ਹੈਗੇ ਆ, ਲੋਕਾਂ ਨੂੰ ਵੀ ਹੁੰਦਾ ਥੋੜੇ ਛੋਟੇ ਮੋਟੇ ਆਪਣੇ ਕੰਮ ਕਰਨ ਨਾਲ ਜੁੜ ਜਾਂਦੇ ਆ। ਇਹ ਇਹ ਗੱਲ ਕਹਿਣ 'ਚ ਮੈਨੂੰ ਕੋਈ ਹਰਜ ਨਹੀਂ ਗਾ ਕਿ ਇਸ ਸਰਕਾਰ ਦੇ ਦੀ ਜਿਹੜੀ ਪਾਰਟੀ ਹੈਗੀ ਉਹਦੇ ਕੋਈ ਪੈਰ ਜਿਹੜੀਆਂ ਜੜ੍ਹਾਂ ਜਿਹੜੀਆਂ ਉਹ ਬਹੁਤ ਜ਼ਿਆਦੀਆਂ ਡੂੰਘੀਆਂ ਨਹੀਂ ਹੈਗੀਆਂ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਇਹਦੇ ਵਿੱਚੋਂ ਹੁਣ ਉਹ ਇੰਪੋਰਟੈਂਟ ਹੋ ਗਏ ਜਿਹੜੇ ਇਹਨਾਂ ਦੇ ਥੱਲੇ ਧਰਾਤਲ ਤੇ ਕੰਮ ਕਰਦੇ 8-10 ਸਾਲਾਂ ਤੋਂ ਲੋਕ ਕੰਮ ਕਰ ਰਹੇ ਆ। ਉਹ ਦੱਸਦੇ ਆ ਕਿ ਆਮ ਤੌਰ 'ਤੇ ਉਹ ਬਾਹਰਲੇ ਲੋਕ ਹੀ ਨਾਲ ਜੁੜ ਗਏ ਆ, ਔਰ ਜਿਹੜੇ ਦੂਸਰੀਆਂ ਪਾਰਟੀਆਂ ਤੋਂ ਜਿਹੜੇ ਪਹਿਲਾਂ ਖੜੇ ਸੀ ਤੁਸੀਂ ਦੇਖਿਆ ਹੋਣਾ ਕਿ ਅੰਮ੍ਰਿਤਸਰ ਦੇ ਵਿੱਚ ਹੀ ਇੱਕ ਕਾਂਗਰਸ ਦਾ ਮੇਅਰ ਸੀਗਾ ਉਹ ਇਹਦੇ ਵਿੱਚ ਆਮ ਆਦਮੀ ਪਾਰਟੀ 'ਚ ਆ ਗਿਆ, ਉਹਦੇ ਉੱਤੇ ਵੀ ਕੁੰਵਰ ਸਾਹਿਬ ਨੇ ਜਿਹੜਾ ਸੀਗਾ ਉਹ ਸਟੈਂਡ ਲਿਆ ਸੀਗਾ। ਉਹ ਕਿਸੇ ਸਮੇਂ 'ਚ MP ਦਾ ਜਿਹੜਾ ਕੈਂਡੀਡੇਟ ਹੁੰਦਾ ਸੀ, ਤੁਹਾਨੂੰ ਸ਼ਾਇਦ ਯਾਦ ਹੋਵੇ, ਇਹਨਾਂ ਨੇ ਸਟੇਟਮੈਂਟ ਦਿੱਤੀ ਸੀ ਕਿ ਜਿਹੜੇ ਮੇਅਰ ਦੀ ਇਲੈਕਸ਼ਨ ਲੜਦੇ ਕੌਂਸਲਰ ਦੀ ਇਲੈਕਸ਼ਨ ਲੜਦੇ ਆ ਉਹ ਅੱਜ ਕੱਲ੍ਹ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਉਹ ਪਾਰਲੀਮੈਂਟ ਦੀ ਇਲੈਕਸ਼ਨ ਦੇ ਕੈਂਡੀਡੇਟ ਬਣੇ ਫਿਰਦੇ ਆ, ਭਾਵੇਂ ਕਿ ਜਿਹੜਾ ਸਾਡਾ ਇੱਥੋਂ MP ਆ ਉਹ ਵੀ ਪਹਿਲਾਂ ਕੌਂਸਲਰ ਰਿਹਾ ਹੈ। ਤਲਖੀ ਉਹਨਾਂ ਦੀ ਹੈਗੀ ਆ ਕਿਉਂਕਿ ਕੁੰਵਰ ਸਾਹਿਬ ਇੱਕ ਆਪਣੇ ਤੌਰ 'ਤੇ ਆਈਕੋਨ ਕਹਿ ਲਓ ਤੁਸੀਂ, ਜਿਹੜੇ ਲੋਕ ਉਹਨਾਂ ਨੂੰ ਮੰਨਦੇ ਆ ਸਿੱਖਾਂ ਦੇ ਵਿੱਚ ਵੀ, ਖਾਸ ਕਰਕੇ ਜਿਹੜੇ ਸਿੱਖੀ ਵਿਚਾਰ ਵਾਲੇ ਲੋਕ ਆ ਉਹਨਾਂ ਦੇ ਵਿੱਚ ਵੀ ਉਹਨਾਂ ਦੀ ਰਿਸਪੈਕਟ ਬਹੁਤ ਜ਼ਿਆਦਾ ਆ, ਔਰ ਦੂਸਰੇ ਤਬਕਿਆਂ 'ਚ ਵੀ ਹੈਗੀ ਆ ਔਰ ਸਧਾਰਨ ਲੋਕਾਂ 'ਚ ਵੀ ਹੈਗੀ ਆ ਵੀ ਘੱਟੋ ਘੱਟ ਇੱਕ ਵਿਅਕਤੀ ਹੈਗਾ ਜਿਹੜਾ ਅਸੂਲਾਂ ਦੇ ਖੜਦਾ ਵਾ, ਇੱਕ ਵਿਅਕਤੀ ਹੈਗਾ ਵਾ ਕਿ ਜਿਹੜੀ ਆਮ ਬੰਦੇ ਦੀ ਗੱਲ ਕਰਦਾ, ਇੱਕ ਵਿਅਕਤੀ ਹੈਗਾ ਜਿਹੜਾ ਮੁੱਦਿਆਂ ਦੀ ਗੱਲ ਕਰਦਾ, ਔਰ ਇੱਕ ਵਿਅਕਤੀ ਇੰਨਾ ਡੇਅਰ ਕਰਦਾ ਕਿ ਆਪਣੀ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਦਾ। ਤਾਂ ਨੈਚੁਰਲੀ ਜਦੋਂ ਇਹੋ ਜਿਹਾ ਵਿਅਕਤੀ ਇੱਦਾਂ ਦੀ ਗੱਲ ਕਰਦਾ ਹੈ ਉਹਦੇ ਨਾਲ ਅਸਰ ਪੈਂਦਾ। ਬਿਲਕੁਲ ਬਿਲਕੁਲ, ਹੁਣ ਅਸਰ ਜਿਹੜਾ ਉਹ ਪੈਂਦਾ ਦਿਖਾਈ ਦਊਗਾ, ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਜ਼ਰੂਰ ਉਹਨਾਂ ਨੇ ਆਪਣੇ ਸਿਧਾਂਤਾਂ ਨੂੰ ਛੱਡ ਕੇ ਮੁੱਖ ਮੰਤਰੀ ਦੇ ਨਾਲ ਖੜਨਾ ਜ਼ਰੂਰੀ ਨਹੀਂ ਸਮਝਿਆ, ਔਰ ਪਰ ਦੂਜੇ ਪਾਸੇ ਪਾਰਟੀ ਦੇ ਲਈ ਕੈਂਡੀਡੇਟ ਲਈ ਡਾਕਟਰ ਸਾਹਿਬ ਉਹ ਕਹਿੰਦੇ ਮੈਂ ਕੰਮ ਕਰ ਰਿਹਾ, ਔਰ ਇਸੇ ਰੋਡ ਸ਼ੋਅ ਦੇ ਵਿੱਚ ਜਿੱਥੇ ਕੁੰਵਰ ਸ਼ਾਮਲ ਨਹੀਂ ਹੋਏ, ਔਰ ਦੂਜੇ ਪਾਸੇ ਇਸੇ ਸਮੇਂ ਦੇ ਦੌਰਾਨ ਹੀ ਇੱਕ ਚੋਣ ਜਲਸਾ ਜਿਹੜਾ ਕਰ ਰਿਹਾ ਕੁੰਵਰ ਵਿਜੇ ਪ੍ਰਤਾਪ ਪਾਰਟੀ ਦੇ ਔਰ ਕੈਂਡੀਡੇਟ ਦੇ ਹੱਕ ਦੇ ਵਿੱਚ, ਪਰ ਮੁੱਖ ਮੰਤਰੀ ਦੇ ਨਾਲ ਨਹੀਂ ਉਹ ਸ਼ਾਮਲ ਹੋਏ। ਨਹੀਂ ਉਹ ਤਾਂ ਉਹਨਾਂ ਦਾ ਵੇਖੋ, ਉਹ ਤਾਂ ਉਹਨਾਂ ਦਾ ਇੱਕ ਮੋਰਲੀ ਵੀ ਪੋਲੀਟੀਕਲੀ ਵੀ ਬਣਦਾ, ਉਹ ਇਹ ਕਹਿ ਰਹੇ ਆ ਕਿ ਮੈਂ ਆਪਣੇ ਹਲਕੇ ਦੇ ਵਿੱਚੋਂ ਇਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਹੈਗੀਆਂ ਵੋਟਾਂ ਪਾਊਂਗਾ, ਪਰ 9 ਹਲਕੇ ਆ, ਔਰ ਇਹੀ ਦੇਖਦਾ ਵੀ ਇਹੀ ਜਿਹੜੇ ਮੰਤਰੀ ਸਾਹਿਬ ਇਸ ਵਾਰੀ ਇਲੈਕਸ਼ਨ ਲੜ ਰਹੇ ਆ, 2019 'ਚ ਵੀ ਲੜੀ ਸੀ, ਇਹਨਾਂ ਨੂੰ 20,000 ਵੋਟ ਪਈ ਸੀ ਉਸ ਸਮੇਂ ਦੇ ਵਿੱਚ, ਤੇ ਹੁਣ ਮੈਨੂੰ ਨਹੀਂ ਲੱਗਦਾ ਵੀ ਇਹ 4 ਧਿਰਾਂ ਦੇ ਵਿੱਚ ਜਿਹੜੀ ਲੜਾਈ ਹੋ ਰਹੀ ਆ, ਇਹਨਾਂ ਨੂੰ ਜੇ ਇਹਨਾਂ ਨੇ ਆਪਣਾ ਕੋਈ ਪੋਲੀਟੀਕਲ ਰੈਲੀਵੈਂਟ ਹੋਣਾ, ਇਹਨਾਂ ਨੂੰ ਬਹੁਤ ਮਿਹਨਤ ਕਰਨੀ ਪਊਗੀ, ਔਰ ਹੁਣ ਦੇ ਹਾਲਾਤ ਤੱਕ ਇਹ ਲੱਗਦਾ ਕਿ ਸ਼ਾਇਦ 4 ਦੇ ਵਿੱਚੋਂ ਭਾਵੇਂ ਇਹਨਾਂ ਦੀ ਸਰਕਾਰ ਹੈਗੀ ਆ, ਪਰ ਇਹਨਾਂ ਲਈ ਚੈਲੰਜ ਬਹੁਤ ਵੱਡਾ ਹੈ। ਸਭ ਤੋਂ ਵੱਡੀ ਗੱਲ ਹੈ ਕਿ ਡੀਮੋਰਲਾਈਜੇਸ਼ਨ ਜਿਹੜੀ ਹੈਗੀ ਆ, ਉਹ ਥੱਲੇ ਦਾ ਜਿਹੜਾ ਕੇਡਰ ਆਇਆ ਸੀ, ਕੇਡਰ ਕੋਈ ਬਣਾਇਆ ਤਾਂ ਨਹੀਂ ਸੀਗਾ, ਕੇਡਰ ਤਾਂ ਉੱਦਾਂ ਹੀ ਆਇਆ ਸੀ ਨਾ, ਜਿੱਦਾਂ ਤੁਸੀਂ ਦੇਖੋ ਕੁੰਵਰ ਵਿਜੇ ਪ੍ਰਤਾਪ ਹੁਣੇ ਜਿਹੜੇ ਸੀਗੇ IPS ਅਫਸਰ ਸੀ ਉੱਥੋਂ ਨਾਲ ਆ ਗਏ, ਹੋਰ ਬਹੁਤ ਸਾਰੇ ਲੋਕ ਉੱਦਾਂ ਜੁੜ ਗਏ ਸੀਗੇ, ਕੁਝ ਲੋਕ ਉਹ ਸੀ ਜਿਹੜੇ ਪੁਰਾਣੇ ਰਵਾਇਤੀ ਪਾਰਟੀਆਂ ਦੇ ਇੱਥੋਂ ਜਿਹੜੇ ਸੀਗੇ ਉਹ ਨਿਰਾਸ਼ ਹੋਏ ਪਏ ਸੀਗੇ। ਪਾਰਟੀ ਜਿਹੜੀ ਜਿੱਤਣ ਤੋਂ ਬਾਅਦ ਹੋਰ ਅਕਾਲੀ ਕਾਂਗਰਸੀ ਦੂਸਰੇ ਤੀਸਰੇ BJP ਵਾਲੇ ਹੋਰ ਸਾਰੇ ਲੋਕ ਇਹਦੇ ਵਿੱਚ ਕਾਮਰੇਡ ਹੋਰ ਲੋਕ ਆਉਣ ਬੜੇ, ਇਸ ਕਰਕੇ ਇਹ ਨਹੀਂ ਹੈਗਾ ਕਿ ਇਹਦਾ ਢਾਂਚਾ ਬਹੁਤ ਤਗੜਾ, ਪਾਰਟੀ ਦਾ ਢਾਂਚਾ ਬਹੁਤ ਕਮਜ਼ੋਰ ਆ, ਬਹੁਤ ਵੀਕ ਆ, ਤਾਂ ਇਸ ਕਰਕੇ ਭਾਵੇਂ ਉਹ ਆਪਣੇ ਹਲਕੇ 'ਚ, ਕਿਉਂਕਿ ਉਹਨਾਂ ਨੇ ਜੇ ਸਰਵਾਈਵ ਕਰਨਾ, ਨੌਕਰੀ ਉਹਨਾਂ ਨੇ ਛੱਡ ਦਿੱਤੀ ਆ, ਪੋਲੀਟੀਕਲ ਉਹਨਾਂ ਰੈਲੀਵੈਂਟ ਰਹਿਣਾ ਹੀ ਆ, ਅਤੇ ਜੇ ਪੋਲੀਟੀਕਲ ਰੈਲੀਵੈਂਟ ਰਹਿਣਾ ਤਾਂ ਜਿਹੜਾ ਉਹਦਾ ਹਲਕਾ ਨੌਰਥ ਹੈਗਾ ਵਾ ਉਹਦੇ ਵਿੱਚ ਉਹਨਾਂ ਨੂੰ ਕੰਮ ਕਰਨਾ ਪਊਗਾ। ਇਹ ਗੱਲ ਹੈਗੀ ਕਿ ਉਹਨਾਂ ਦੀ ਫੋਲੋਇੰਗ ਹੈਗੀ ਆ, ਇਹ ਗੱਲ ਹੈ ਕਿ ਲੋਕੀ ਉਹਨਾਂ ਦੀ ਮਾਨਤਾ ਕਰਦੇ ਆ, ਸਭ ਤੋਂ ਵੱਡੀ ਗੱਲ ਤੇ ਆ ਵੀ ਲੋਕੀ ਉਹਨਾਂ ਨੂੰ ਇਮਾਨਦਾਰ ਗਿਣਦੇ ਆ। ਬਾਕੀ ਇੱਥੇ ਤੁਸੀਂ ਕਿਸੇ MLA ਬਾਰੇ ਗੱਲ ਕਰਕੇ ਵੇਖ ਲਓ, ਕਿਸੇ ਲੀਡਰ ਬਾਰੇ ਗੱਲ ਕਰਕੇ ਵੇਖ ਲਓ, ਹੁਣ ਤਾਂ ਸੱਚੀ ਆ ਝੂਠੀ ਆ, ਪਰ ਲੋਕੀ ਮੂੰਹ 'ਚ ਉਂਗਲਾਂ ਪਾਉਂਦੇ ਆ ਕਿ ਇਹ ਕੀ ਵਾਪਰ ਰਿਹਾ ਵਾ, ਕੀ ਹੋ ਰਿਹਾ ਵਾ, ਕਿਸ ਤਰੀਕੇ ਦੇ ਨਾਲ ਸਾਰਾ ਤਾਮ ਜਾਮ ਚੱਲ ਰਿਹਾ ਵਾ, ਕਿਉਂਕਿ ਰਿਸੋਰਸਿਸ ਕਿੱਥੋਂ ਆ ਰਹੇ ਆ, ਇਲੈਕਸ਼ਨ ਕਿੱਦਾਂ ਲੜੀ ਜਾ ਰਹੀ ਆ, ਕੁਝ ਲੋਕਾਂ ਨੂੰ ਪਤਾ ਇਹ ਕਿਸ ਤਰੀਕੇ ਨਾਲ ਸਾਰਾ ਕੁਝ ਗੜ ਤੋਪ ਹੋ ਰਿਹਾ, ਪਾਰਟੀਆਂ ਕਿੱਦਾਂ ਦੂਸਰੀਆਂ ਮਦਦ ਕਰ ਰਹੀਆਂ। ਤੋ ਮੇਰਾ ਖਿਆਲ ਹੈ ਕਿ ਜਿਹੜਾ ਸ਼ੋਅ ਭਗਵੰਤ ਸਿੰਘ ਮਾਨ ਦਾ ਸ਼ੋਅ ਹੋਊਗਾ, ਇੱਕ ਉਹ ਸ਼ੋਅ ਉਦਾਂ ਦੇ ਨਹੀਂ ਆ ਜਿਹੜੇ 22 ਤੋਂ ਪਹਿਲਾਂ ਸੀ।
ਜਾਂ 22 ਤੋਂ ਥੋੜਾ ਸਮਾਂ ਬਾਅਦ ਸੀਗਾ, ਹੁਣ ਇਹਨਾਂ ਲਈ ਸਮੱਸਿਆ ਹੋਊਗੀ ਜਿਹਨਾਂ ਲੋਕਾਂ ਨੂੰ ਇਹਨਾਂ ਨੇ ਕਿਹਾ ਸੀ ਬਹੁਤ ਸਾਰੇ ਲੋਕ ਲਿਆਉਣ ਵਾਸਤੇ। ਮੈਨੂੰ ਲੱਗਦਾ ਵੀ ਉਹ ਵੀ ਡਿਸਅਪੁਆਇੰਟਡ ਆ, ਕਿਉਂਕਿ 10-10 ਸਾਲ ਦੇ ਉੱਤੋਂ ਲੋਕੀ ਕੰਮ ਕਰਦੇ, 8-8 ਸਾਲ ਦੇ ਉੱਤੋਂ ਚੌਧਰੀ ਹੋਰ ਬਣ ਗਏ ਆ, ਜਿਹੜੇ ਚੁਣੇ ਗਏ ਆ ਉਹ ਉਹਨਾਂ ਦੀ ਪਰਵਾਹ ਨਹੀਂ ਕਰਦੇ। ਤੇ ਕੋਈ ਔਰਗੈਨਿਕ ਜਿਹੜਾ ਰਿਲੇਸ਼ਨਸ਼ਿਪ ਹੁੰਦਾ ਵਾ ਪਾਰਟੀ ਦੇ ਵਿੱਚ ਵੱਖਰੇ ਵੱਖਰੇ ਜਿਹੜੇ ਵਿੰਗਾਂ ਦਾ, ਉਹ ਮਿਸਿੰਗ ਆ। ਤੇ ਇਸ ਕਰਕੇ ਠੀਕ ਆ, ਤਾਕਤ ਦੇ ਵਿੱਚ ਹੈਗੀ ਆ, ਪਰ ਤਾਕਤ ਦੇ ਨਾਲ ਤੁਸੀਂ ਵੋਟਾਂ ਨਹੀਂ, ਇਲੈਕਸ਼ਨ ਪੰਜਾਬ 'ਚ ਨਹੀਂ ਜਿੱਤੀ ਜਾਂਦੀ। ਰਾਦਰ ਤਾਕਤ ਜਦੋਂ ਤੁਸੀਂ ਹੁੰਦੇ ਹੋ, ਲੋਕੀ ਤੁਹਾਨੂੰ ਆਪਣੀ ਥਾਂ ਜਿਹੜੀ ਹੁੰਦੀ ਆ ਉਹ ਵਿਖਾਲਦੇ ਆ। ਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਇਹਨਾਂ ਦਾ ਕੈਂਡੀਡੇਟ ਆ ਉਹਦੀ ਸਥਿਤੀ ਕੋਈ ਬਹੁਤ ਜਿਹੜੀ ਉਹਨੂੰ ਕਹਿ ਦਈਏ ਕਿ ਬੜੀ ਸੁਖਾਵੀ ਹੈਗੀ, ਉਹ ਬਿਲਕੁਲ ਨਹੀਂ ਹੈਗੀ। ਪਤਾ ਨਹੀਂ ਕੱਲ ਨੂੰ ਕਿਹੜੇ ਪਾਸੇ ਵਾਲੇ ਦਾ ਜਿਹੜਾ ਇਹਦਾ ਨਤੀਜਾ ਜਿਹੜਾ ਉਹ ਨਿਕਲਣਾ ਵਾ। ਬਿਲਕੁਲ, ਚਲੋ ਡਾਕਟਰ ਸਾਹਿਬ, ਬਹੁਤ ਸਾਰੇ ਲੋਕ ਇਹ ਸੋਚਦੇ ਸੀਗੇ ਕਿ ਇਹ ਲੋਕ ਸਭਾ ਚੋਣਾਂ ਦੀਆਂ ਜਦੋਂ ਸੀਟਾਂ ਨਹੀਂ ਸੀ ਆਈਆਂ ਕਾਂਗਰਸ ਦੀਆਂ, ਉਦੋਂ ਤੱਕ ਇਹ ਸੋਚ ਰਹੇ ਸੀ ਕਿ ਕਾਂਗਰਸ ਸ਼ਾਇਦ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰ ਸਕਦੀ ਹੈ ਔਰ ਕਿਤੇ ਨਾ ਕਿਤੇ ਕਾਂਗਰਸ ਲਈ ਇੱਕ ਐਡਵਾਂਟੇਜ ਹੈਗਾ। ਪਰ ਜਿਸ ਤਰੀਕੇ ਦੇ ਨਾਲ ਪਹਿਲੀਆਂ 8 ਦੇ ਵਿੱਚੋਂ 3 ਸੀਟਾਂ ਜਿਹੜੀਆਂ ਸਿੱਧੇ ਤੌਰ 'ਤੇ ਸ਼ੱਕ ਦੇ ਘੇਰੇ 'ਚ ਆ ਗਈਆਂ, ਚਾਹੇ ਉਹ ਬਠਿੰਡਾ ਦੀ ਜੀਤ ਮਹਿੰਦਰ ਦੀ ਲੈ ਲਈਏ ਸੀਟ, ਚਾਹੇ ਤੁਸੀਂ ਯਾਮਨੀ ਗੌਮਰ ਦੀ ਜਿਹੜੀ ਟਿਕਟ ਵਾਲੀ ਗੱਲ ਕਰ ਲਈਏ, ਚਾਹੇ ਅਮਰਜੀਤ ਕੌਰ ਸਾਹੂਕੇ ਦੀ ਟਿਕਟ ਵਾਲੀ ਗੱਲ ਕਰ ਲਈਏ, ਇਹ ਟਿਕਟਾਂ ਤੋਂ ਬਾਅਦ ਲੋਕ ਆਪਣੇ ਤੌਰ 'ਤੇ ਇਹ ਪ੍ਰੈਡਿਕਸ਼ਨਾਂ ਲਾਉਣ ਲੱਗ ਗਏ ਆ ਕਿ ਭਾਈ ਹੋ ਸਕਦਾ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਹਿਡਨ ਅਲਾਇੰਸ ਹੋ ਗਿਆ ਹੋਵੇ, ਜਿਹਦੇ ਕਰਕੇ ਇਹ ਟਿਕਟਾਂ ਜਿਹੜੀਆਂ ਨੇ ਇਸ ਤਰੀਕੇ ਦੇ ਨਾਲ ਦਿੱਤੀਆਂ ਜਾ ਰਹੀਆਂ ਕਿ ਲੋਕ ਇਹ ਸਮਝਦੇ ਆ, ਚਰਚਾ ਇਹ ਚੱਲ ਰਹੀ ਆ ਕਿ ਜਿੱਥੇ ਕਾਂਗਰਸ ਨੂੰ ਜਿਤਾਉਣਾ ਉੱਥੇ ਆਮ ਆਦਮੀ ਪਾਰਟੀ ਨੇ ਆਪਣੇ ਕੈਂਡੀਡੇਟ ਕਮਜ਼ੋਰ ਦਿੱਤੇ ਆ, ਔਰ ਜਿੱਥੇ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਉੱਥੇ ਕਾਂਗਰਸ ਨੇ, ਅਤੇ ਜਿੱਥੇ ਕਾਂਗਰਸ ਨੂੰ ਜਾਣਾ ਉੱਥੇ ਆਮ ਆਦਮੀ ਪਾਰਟੀ ਨੇ। ਮਤਲਬ ਇਹੋ ਜਿਹੀਆਂ ਚਰਚਾਵਾਂ ਵੀ ਡਾਕਟਰ ਸਾਹਿਬ ਚੱਲ ਰਹੀਆਂ ਨੇ, ਔਰ ਤਕਰੀਬਨ ਅੱਧੀਆਂ ਟਿਕਟਾਂ 8 ਦੇ ਵਿੱਚੋਂ ਕਾਂਗਰਸ ਦੀਆਂ ਸ਼ੱਕੀ ਹੋ ਗਈਆਂ, ਅਤੇ ਅਗਲੀਆਂ 5 ਵੀ ਕੋਈ ਸਹਿਰਦਤਾ ਦੇ ਨਾਲ ਦਿੰਦੇ ਦਿਖਾਈ ਨਹੀਂ ਦਿੰਦੇ। ਇਹਦਾ ਫਿਰ ਕਹਿੰਦੇ ਕਿ ਕਾਂਗਰਸ ਦਾ ਓਨਾ ਗ੍ਰਾਫ ਦਿਸ ਨਹੀਂ ਰਿਹਾ ਜਿੰਨਾ ਸੀਗਾ ਪਹਿਲਾਂ। ਨਹੀਂ ਦੇਖੋ, ਦੋ ਤਿੰਨ ਚੀਜ਼ਾਂ ਹੁੰਦੀਆਂ, ਇਹ ਕਿਸੇ ਨੂੰ ਵੋਟਾਂ ਪਾਉਣੀਆਂ ਜਿਹੜੀਆਂ ਉਹ ਇੰਨੀਆਂ ਸੌਖੀਆਂ ਨਹੀਂ ਆ। ਪਹਿਲੀ ਗੱਲ ਤਾਂ ਜਿਹੜਾ ਵੋਟਰ ਹੈਗਾ ਉਹ ਆਪਣੇ ਆਪ 'ਚ ਪੰਜਾਬ ਦੇ ਵਿੱਚ ਕਾਫ਼ੀ ਇੰਡੀਪੈਂਡੈਂਟ ਹੈਗਾ, ਬਹੁਤ ਰੇਅਰ ਕੇਸਿਸ 'ਚ ਹੁੰਦੀਆਂ ਕਿ ਜਿੱਦਾਂ ਇੱਕ ਵਾਰੀ ਲੱਗਦਾ ਸੀ ਜਦੋਂ ਇੱਦਾਂ ਦੀ ਗੱਲਾਂ ਹੋ ਜਾਂਦੀਆਂ ਕਿ 2012 ਦੇ ਵਿੱਚ ਜਦੋਂ ਭਗਵੰਤ ਮਾਨ 200-250 ਵੋਟ 'ਤੇ ਹਾਰ ਗਿਆ ਸੀਗਾ, ਅਤੇ ਉਦੋਂ ਕਹਿੰਦੇ ਸੀ ਅਕਾਲੀਆਂ ਨੇ ਜਿਹੜਾ ਕਾਂਗਰਸ ਕੈਂਡੀਡੇਟ ਨੂੰ ਜਿਹੜੀਆਂ ਵੋਟਾਂ ਪਵਾ ਕੇ ਇਸ ਤਰੀਕੇ ਨਾਲ ਕਰਦਾ, ਬਠਿੰਡਾ ਦੇ ਵਿੱਚ ਵੀ ਚੱਲਿਆ ਸੀਗਾ, ਬੜੀ ਗਹਿ ਗੱਚ ਲੜਾਈ ਆ, ਔਰ ਇਹ ਚਾਰ ਧਿਰ ਲੜਾਈ ਆ, ਔਰ ਚਾਰ ਧਿਰਾਂ ਦੇ ਵਿੱਚ ਕੋਈ ਵਿਚਾਰਧਾਰਾ ਵਾਲੀ ਗੱਲ ਨਹੀਂ ਹੈਗੀ। ਅੱਧੇ ਪਿੰਡ ਦੇ ਲੋਕ ਬੀਜੇਪੀ ਦਾ ਝੰਡਾ ਚੁੱਕੀ ਫਿਰਦੇ ਆ, ਅੱਧੇ ਜਿਹੜੇ ਹੈਗੇ ਆ ਉਹ ਦੂਸਰਾ ਆਪ ਦਾ ਚੁੱਕੀ ਫਿਰਦੇ ਆ, ਕੁਝ ਕਾਂਗਰਸ ਦਾ ਚੁੱਕੀ ਫਿਰਦੇ ਆ, ਕੁਝ ਅਕਾਲੀਆਂ ਦਾ ਚੁੱਕੀ ਫਿਰਦੇ ਆ। ਇਹ ਨਹੀਂ ਹੈ, ਇਹ ਗੱਲ ਠੀਕ ਹੈ ਵੀ ਚੈਲੰਜ ਦੋ ਪਾਰਟੀਆਂ ਨੂੰ ਪੰਜਾਬ ਦੇ ਵਿੱਚ ਵਾ, ਇੱਕ ਹੈਗਾ ਆਮ ਆਦਮੀ ਪਾਰਟੀ ਨੂੰ ਜਿਹਨੇ 92 ਸੀਟਾਂ ਜਿੱਤੀਆਂ, ਦੂਸਰਾ ਹੈਗਾ ਵਾ ਕਾਂਗਰਸ ਪਾਰਟੀ ਨੂੰ ਜਿਹਨੇ ਪਿਛਲੀ ਵਾਰੀ 8 ਸੀਟਾਂ ਜਿੱਤੀਆਂ ਸੀ। ਅਕਾਲੀਆਂ ਦੀਆਂ ਤਾਂ 2 ਸੀਟਾਂ ਸੀਗੀਆਂ, ਕਾਂਗਰਸ ਆਪਣੇ ਬੀਜੇਪੀ ਦੀਆਂ ਵੀ 2 ਸੀਟਾਂ ਸੀਗੀਆਂ ਉਹਦੇ ਵਿੱਚੋਂ, ਔਰ ਜਿਹੜਾ ਇਹ ਆਮ ਆਦਮੀ ਪਾਰਟੀ ਦੀ ਇੱਕ ਸੀਟ ਸੀ ਸੰਗਰੂਰ ਵਾਲੀ, ਉਹ ਵੀ ਮੁੜ ਕੇ ਜਾਂਦੀ ਰਹੀ, ਮੁੜ ਕੇ ਨਾ 22 ਇਲੈਕਸ਼ਨ ਜਲੰਧਰ ਤੋਂ ਜਿੱਤੀ, ਉਹ ਵੀ ਉਹਨਾਂ ਦੀ ਜਾਂਦੀ ਰਹੀ। ਆਮ ਆਦਮੀ ਪਾਰਟੀ ਕਲੇਮ ਕਰਦੀ ਆ ਕਿ ਸਾਡੇ ਕੋਲ 92 ਸੀਟਾਂ ਹੈਗੀਆਂ, ਅਸੀਂ 13-0 ਦੀ, ਆਪਣੇ ਮੁੱਖ ਮੰਤਰੀ ਸਾਹਿਬ ਤਾਂ ਇਹ ਸਟੇਟਮੈਂਟ ਹੀ ਦੇ ਚੁੱਕੇ 13-0 ਦੀ। ਕਾਂਗਰਸ ਵਾਲੇ ਜਿਹੜੇ ਹੈਗੇ ਉਹ ਆਪਣੇ ਤੌਰ 'ਤੇ ਲੱਗੇ ਆ। ਐਡਵਾਂਟੇਜ ਕਾਂਗਰਸ ਦਾ ਇੱਦਾਂ ਲੱਗਦਾ ਕਿ ਨੈਸ਼ਨਲ ਲੈਵਲ ਦੇ ਉੱਤੇ ਕਾਂਗਰਸ ਦੇ ਪ੍ਰਤੀ ਜਿਹੜੀ ਹੈਗੀ ਆ ਉਹ ਇੱਕ ਡਿਫਰੈਂਟ ਕਿਸਮ ਦੀ ਸੋਚ ਸ਼ੁਰੂ ਹੋ ਗਈ। ਜਿਸ ਤਰੀਕੇ ਨਾਲ ਰਾਹੁਲ ਗਾਂਧੀ ਦੀਆਂ ਜਿਹੜੀਆਂ ਸਪੀਚਸ ਆ ਰਹੀਆਂ ਵਾ, ਜਿਸ ਤਰੀਕੇ ਦੇ ਨਾਲ ਜਿਹੜੀ ਖਾਸ ਕਰਕੇ ਇੰਡੀਆ ਅਲਾਇੰਸ ਜਿਹੜਾ ਹੈਗਾ, ਜਿੱਥੇ ਮੇਜਰ ਪਾਰਟੀ ਕਾਂਗਰਸ ਪਾਰਟੀ ਆ, ਉਹ NDA ਨੂੰ ਜਾਂ ਪ੍ਰਧਾਨ ਮੰਤਰੀ ਨੂੰ ਚੈਲੰਜ ਕਰ ਰਹੀ ਆ, ਉਹ ਸਾਰਾ ਪਾਸਾ ਡਿਪੈਂਡ ਕਰਦਾ ਕਿ ਲੋਕੀ ਹੁਣ ਵੋਟਾਂ ਪਾਉਣ ਲਈ ਪਾਰਟੀ ਨੂੰ ਦੇਖਦੇ ਆ ਕਿ ਕੈਂਡੀਡੇਟ ਨੂੰ ਦੇਖਦੇ ਆ, ਜਾਂ ਪਾਰਟੀ ਦੇਖਦੇ ਆ ਤੇ ਜਾਂ ਕੈਂਡੀਡੇਟ ਦੇਖਦੇ ਆ। ਜੇ ਪਾਰਟੀ ਦੇਖਦੇ ਆ ਤੇ ਤਾਂ ਵੀ ਇਹ ਦੋਸਤ ਜਿਹੜੇ ਖਾਸ ਕਰਕੇ ਜੇ ਉਹਨਾਂ ਨੇ ਆਲਟਰਨੇਟਿਵ ਚਾਹੁੰਦੇ ਆ, ਉੱਥੇ ਸਰਕਾਰ ਬਦਲਣੀ ਚਾਹੁੰਦੀ ਆ, ਤਾਂ ਵੀ ਕਾਂਗਰਸ ਸਾਹਮਣੇ ਆਉਂਦੀ ਆ। ਤੇ ਜੇ ਕੈਂਡੀਡੇਟ ਦੇਖਦੇ ਆ ਤੇ ਫਿਰ ਉਹਦੇ ਵਿੱਚੋਂ ਦੂਸਰੇ ਵੀ ਬਹੁਤ ਥਾਵਾਂ ਦੇ ਉੱਤੇ, ਇਹ ਆਪਾਂ ਗੱਲ ਮੰਨ ਕੇ ਚੱਲੀਏ
ਕਿ ਇਸ ਵਾਰੀ ਲੋਕਾਂ ਦੀ ਟੁੱਟ ਕੈਂਡੀਡੇਟ ਟੁੱਟ ਭੱਜ ਬਹੁਤ ਹੋਈ ਹੈ, ਕੈਂਡੀਡੇਟ ਨੇ ਪਾਰਟੀਆਂ ਬਹੁਤ ਬਦਲੀਆਂ, ਪਰ ਪੰਜਾਬ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਆ ਨਾ ਇੱਦਾਂ ਦੇ ਪਾਰਟੀ ਬਦਲਣ ਵਾਲਿਆਂ ਲੋਕਾਂ ਨੂੰ ਬਹੁਤਾ ਜ਼ਿਆਦਾ ਪ੍ਰੈਫਰ ਨਹੀਂ ਕਰਦੇ। ਬਿਲਕੁਲ, ਅਲਟੀਮੇਟਲੀ ਗੱਲ ਮੁੱਦਿਆਂ ਦੀ ਆਉਂਦੀ ਆ ਕਿ ਕਿਹੜੀ ਪਾਰਟੀ ਦੇ ਕਿਹੜੇ ਮੁੱਦੇ ਲੋਕਾਂ ਨੂੰ ਸੂਟ ਕਰਦੇ ਆ, ਜਾਂ ਕਿਸਾਨਾਂ ਵਾਲੇ ਮੁੱਦੇ ਆ ਚਾਹੇ ਯੂਥ ਵਾਲੇ ਮੁੱਦੇ ਆ, ਜਦੋਂ ਮੁੱਦੇ ਇੰਪੋਰਟੈਂਟ ਹੋ ਜਾਂਦੇ ਆ ਫਿਰ ਜਿਹੜਾ ਕੈਂਡੀਡੇਟ ਵਾ ਉਹ ਓਨਾ ਜ਼ਿਆਦਾ ਇੰਪੋਰਟੈਂਟ ਨਹੀਂ ਰਹਿੰਦਾ। ਫਿਰ ਪਾਰਟੀ, ਕਿਉਂਕਿ ਪਾਰਟੀ ਮੁੱਦੇ ਰੇਜ਼ ਕਰਦੀ ਆ, ਮੁੱਦੇ ਇੰਪੋਰਟੈਂਟ ਹੋ ਗਏ ਫਿਰ ਉਹਨਾਂ ਲਈ ਹੁੰਦਾ ਕਿ ਜਿਹੜਾ ਕੈਂਡੀਡੇਟ ਖਲੋਤਾ ਵਾ ਉਹਨੂੰ ਵੋਟ ਪਾ ਦਿਓ ਜਾਂ ਉਹਦੀ ਵਿਚਾਰਧਾਰਾ ਵਾਲੇ ਪਾਸੇ ਕਰਕੇ ਪਾ ਦਿਓ। ਇਸ ਕਰਕੇ ਮਾਲਵੇ ਦੀ ਤਬੀਅਤ ਇਹ ਹੋ ਗਈ ਹੈ, ਉਹ ਜਿਤਾਉਣ ਲਈ ਘੱਟ ਹਰਾਉਣ ਲਈ ਵੋਟਾਂ ਪਾਉਂਦੇ ਆ। ਨਹੀਂ ਇੱਦਾਂ ਮੈਨੂੰ ਨਹੀਂ ਲੱਗਦਾ, ਉਹ ਇੱਕ ਹੋ ਗਿਆ ਅੱਜ ਦੇ ਸੰਗਰੂਰ ਦੇ ਵਿੱਚ, ਉਹਦਾ ਕਾਰਨ ਇਹ ਸੀਗਾ ਸੁਖਵਿੰਦਰ ਕਿ ਪਹਿਲੀ ਵਾਰੀ 3 ਮਹੀਨਿਆਂ ਬਾਅਦ 30% ਵੋਟ ਸ਼ੇਅਰ ਘੱਟ ਗਿਆ। ਜਦੋਂ ਵੋਟ ਸ਼ੇਅਰ ਘੱਟਦਾ ਵਾ ਉਦੋਂ ਘੰਟੀਆਂ ਖੜਕ ਜਾਂਦੀਆਂ ਵਾ, ਜਿਹੜੀਆਂ ਉਹ ਕਿਸੇ ਪਾਸੇ ਵੀ ਖੜਕ ਸਕਦੀਆਂ। ਉੱਥੇ ਆਮ ਆਦਮੀ ਪਾਰਟੀ ਦੀ ਘੰਟੀ ਖੜਕਾਤੀ ਲੋਕਾਂ ਨੇ, ਔਰ ਲੋਕਾਂ ਨੇ ਆਪਸ਼ਨ ਕੀ ਦਿੱਤੀ ਆ, ਸਿਮਰਜੀਤ ਸਿੰਘ ਮਾਨ ਨੂੰ ਲੈ ਕੇ ਆਏ, ਜਦੋਂ ਕਿ ਪਤਾ ਸੀ ਇਕੱਲਾ ਉੱਥੇ ਬੀਜੇਪੀ ਵੀ ਹੋ ਸਕਦੀ ਸੀਗੀ, ਉੱਥੇ ਕਾਂਗਰਸ ਵੀ ਹੋ ਸਕਦੀ ਸੀਗੀ, ਉੱਥੇ ਅਕਾਲੀ ਦਲ ਵੀ ਹੋ ਸਕਦਾ ਸੀਗਾ। ਲੋਕਾਂ ਲਈ ਨੇ ਉਹ ਵਾਰਨਿੰਗ ਬੈਲ ਦਿੱਤੀ ਕਿ ਭਾਈ ਤੁਹਾਨੂੰ ਇਹ ਸਬਕ ਸਿਖਾ ਸਕਦੇ ਹਾਂ, ਤੁਸੀਂ ਆਪਣੇ ਜਿੱਤ ਕੇ ਔਕਾਤ 'ਚ ਰਹਿਣਾ ਚਾਹੀਦਾ, ਤੁਸੀਂ ਲੋਕਾਂ ਨਾਲ ਬਣਾ ਕੇ ਰੱਖੋ, ਲੋਕਾਂ ਦੇ ਮੁੱਦਿਆਂ ਦੀ ਗੱਲ ਕਰੋ। ਜਦੋਂ ਤੁਸੀਂ 9 ਦੀਆਂ 9 ਸੀਟਾਂ ਸੰਗਰੂਰ 'ਚੋਂ ਜਿੱਤ ਕੇ ਲਾਰਜਰ ਦੈਨ ਸਾਈਜ਼ ਬਣ ਗਏ, ਮੁੱਖ ਮੰਤਰੀ ਬਣ ਗਏ, ਮੰਤਰੀ ਬਣ ਗਏ, ਤੁਸੀਂ ਸੋਚਿਆ ਸਾਨੂੰ ਪਰਵਾਹ ਕੋਈ ਨਹੀਂ ਹੈ, ਤੁਹਾਡੇ MLA ਜਿਹੜੇ ਡਿਸਕਨੈਕਟ ਹੋ ਗਏ, ਤਾਂ ਆਮ ਆਦਮੀ ਪਾਰਟੀ ਦੀ ਸਮੱਸਿਆ ਇਹ ਆਈ ਸੀ। ਲੋਕੀ ਹੁਣ ਟਰਾਈ ਟਰਾਈ ਗੇਨ ਨਹੀਂ ਕਰਦੇ, ਲੋਕੀ ਕਹਿੰਦੇ ਜੇ ਸਿੱਧੇ ਰਾਹ ਤੁਰੇ ਜਾਂਦੇ ਆ ਤਾਂ ਠੀਕ ਠਾਕ ਵਾ, ਜੇ ਥੋੜ੍ਹਾ ਵੀ ਤੜਫੇਸ ਕਰਦੇ ਆ ਤਾਂ ਇਹਨੂੰ ਇੱਕ ਡੀਰੇਲ ਕਰ ਦਿਓ, ਕਿਉਂਕਿ ਲੋਕਾਂ ਨੂੰ ਇਹ ਸਮਝ ਆ ਗਈ ਆ ਕਿ ਹੁਣ ਅਸੀਂ ਸਬਕ ਸਿਖਾ ਸਕਦੇ ਹਾਂ, ਹੁਣ ਅਸੀਂ ਜਿਹੜਾ ਇਹਨਾਂ ਨੂੰ ਜਿਹੜੇ ਜ਼ਿੰਮੇਵਾਰ ਨਹੀਂ ਬਣਦੇ ਉਹਨਾਂ ਨੂੰ ਜਿੱਦਾਂ ਪੰਜਾਬੀ 'ਚ ਕਹਿੰਦੇ ਆ ਵੀ ਬੰਦੇ ਬਣਾ ਸਕਦੇ ਹਾਂ। ਤਾਂ ਇਸ ਕਰਕੇ ਸਾਰਾ ਕੁਝ ਉਹਨਾਂ ਦੇ ਕੋਲ ਆ, ਬਹੁਤ ਧਿਆਨ ਨਾਲ ਦੇਖਣਗੇ ਇਹਨਾਂ ਚੋਣਾਂ ਦੇ ਵਿੱਚ ਕਿ ਉਹ ਕਿਸ ਕਿਸਮ ਦਾ ਨੈਸ਼ਨਲ ਲੈਵਲ 'ਤੇ ਪ੍ਰਸਥਿਤੀ ਪੈਦਾ ਹੋ ਰਹੀ ਆ। ਪੰਜਾਬ ਦੇ ਲੋਕ ਹਮੇਸ਼ਾ ਦਿੱਲੀ ਦਰਬਾਰ ਦੇ ਅਗੇਂਸਟ ਚੱਲਣ ਵਾਲੀ ਲੜਾਈ ਦੇ ਵਿੱਚ ਮੋਹਰੀ ਹੁੰਦੇ ਆ। ਤਾਂ ਇਸ ਕਰਕੇ ਮੈਨੂੰ ਤਾਂ ਅਜੇ ਵੀ ਲੱਗਦਾ ਹੈ ਕਿ ਕਮ ਵਟ ਮੇ ਇਹ ਜਿਹੜਾ ਖਾਸ ਕਰਕੇ ਅਖੀਰ ਦੇ ਉੱਤੇ ਜੇ ਵੱਡੀ ਲੜਾਈ ਹੋਣੀ ਆ ਤੇ ਉਹ ਇਹਨਾਂ ਦੋ ਪਾਰਟੀਆਂ ਦੇ ਵਿੱਚ ਵਾ। ਹਾਂ, ਬੀਜੇਪੀ ਪੂਰਾ ਜ਼ੋਰ ਲਾਊਗੀ, ਅਕਾਲੀ ਦਲ ਵੀ ਆਪਣਾ ਪੂਰਾ ਜ਼ੋਰ ਲਾਊਗਾ, ਪਰ ਅਲਟੀਮੇਟਲੀ ਲੋਕਾਂ ਨੇ ਇਹ ਦੇਖਣਾ ਵੀ ਕਿਹੜੇ ਪਾਸੇ ਦੇ ਨਾਲ ਜਿਹੜਾ ਹੈਗਾ ਉਹਨਾਂ ਦੇ ਹਿੱਤ ਜਿਹੜੇ ਆ ਉਹ ਠੀਕ ਹੋ ਸਕਦੇ। ਬਿਲਕੁਲ ਬਿਲਕੁਲ। ਚਲੋ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਤਾਂ ਇਹ ਸਨ ਡਾਕਟਰ ਜਗਰੂਪ ਸਿੰਘ ਸੇਖੋਂ ਸਾਹਿਬ, ਜਿਹਨਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ 'ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਸੇਖੋਂ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਣੀ ਹੈ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।